ਪ੍ਰੈਕਟਿਸ ਕਰਨੀ ਆ ਵਧੀਆ ਤਰੀਕੇ ਨਾਲ। ਜਦੋਂ ਤੁਸੀਂ ਸਕੂਲ ਆ ਗਏ ਤੁਹਾਡੇ ਆਉਂਦਿਆਂ ਦੇ ਟ੍ਰਾਇਲ ਆ, ਠੀਕ ਆ। ਕੁਛ ਇੱਕ ਬੱਚਿਆਂ ਦੇ ਫੋਨ ਵੀ ਆਏ, ਲੱਤਾਂ ਦੋਖਦੀਆਂ, ਬਾਹਾਂ ਦੋਖਦੀਆਂ, ਪ੍ਰੈਕਟਿਸ ਕਰਨਾ, ਥੋੜ੍ਹੀਆਂ ਬਹੁਤੀਆਂ ਸਰੀਰ ਦਰਦ ਕਰਨਾ ਆ, ਉਹ ਤੋਂ ਬਾਅਦ ਠੀਕ ਹੋ ਜਾਣਾ ਆ, ਠੀਕ ਆ। ਆਪਾਂ ਹੁਣ ਤੱਕ ਤਿੰਨ ਚੀਜ਼ਾਂ ਕਰਕੇ ਤੁਹਾਨੂੰ ਦੱਸ ਦਿੱਤੀਆਂ ਆ। ਇੱਕ ਨੋਰਮਲ ਪੰਜ ਦੱਸਿਆ ਤੁਹਾਨੂੰ, ਦੂਜਾ ਦੱਸਿਆ ਹੈਗਾ ਆ JKD ਪੰਜ, ਤੀਜੀ ਦੱਸੀ ਹੈਗੀ ਫਰੰਟ ਕਿੱਕ, ਠੀਕ ਆ। ਕੱਲ੍ਹ ਹੈਗਾ ਸੰਡੇ, ਕੱਲ੍ਹ ਛੁੱਟੀ ਆ, ਕੱਲ੍ਹ ਪ੍ਰੈਕਟਿਸ ਨਹੀਂ ਕਰਨੀ, ਤੁਸੀਂ ਵੀ ਆਪਣੇ ਲੈਵਲ 'ਤੇ ਕਰ ਸਕਦੇ ਆ, ਠੀਕ ਆ। ਅਤੇ ਅੱਜ ਮੈਂ ਤੁਹਾਨੂੰ ਨਵੀਂ ਕਿੱਕ ਦੱਸੂੰਗਾ, ਮਵੇਸ਼ੀ ਕਿੱਕ, ਜਿਹਦਾ ਫਾਈਟ 'ਚ ਬਹੁਤ ਜ਼ਿਆਦਾ ਜਿਹੜੀ ਆ ਯੂਜ਼ ਹੁੰਦੀ ਆ, ਠੀਕ ਆ, ਮਵੇਸ਼ੀ ਕਿੱਕ, ਠੀਕ ਆ। ਖੱਬਾ ਪੈਰ ਅੱਗੇ, ਸੱਜਾ ਪਿੱਛੇ, ਠੀਕ ਆ। 1 2 3 ਕਾਉਂਟ ਦੇ ਵਿੱਚ ਕਿੱਕ ਹੁੰਦੀ ਆ, ਫਰੰਟ ਕਿੱਕ 2 ਕਾਉਂਟ 'ਚ ਹੋਈ ਸੀਗੀ, ਇਹ ਹੁੰਦੀ 3 ਕਾਉਂਟ ਦੇ ਵਿੱਚ, ਠੀਕ ਆ। ਨੰਬਰ 1 1 ਪੈਰ ਦੀ ਜਿਹੜੀ ਆ ਥੱਲੇ ਨੂੰ ਸਟੇਟ ਕਰਨਾ, ਪੈਰ ਗੋਡਾ ਕਾਂ ਨੂੰ, ਹੱਥ 6 ਫਾਈਟਿੰਗ ਸਟਾਈਲ। 2 ਟਰਨ ਹੋਣਾ, ਲੱਕ ਤੋਂ ਟਰਨ ਹੋਣਾ, ਅਤੇ 3 'ਤੇ ਟਿਕ ਬੋਲਣੀ, ਠੀਕ ਆ। 1 2 3, ਠੀਕ ਆ। ਇਹ ਹੁਣ ਸਿੰਗਲ ਪਾਉਂਟ ਦੇ ਵਿੱਚ ਕਿੱਕ, ਠੀਕ ਆ। ਇਹਦਾ ਜਿਹੜਾ ਅਟੈਕ ਆ ਜਸਟ ਲੈਵਲ 'ਤੇ ਅਤੇ ਬੇਸ ਲੈਵਲ 'ਤੇ ਹੁੰਦਾ ਆ, ਠੀਕ ਆ। ਆਹ ਜਸਟ ਲੈਵਲ 'ਤੇ ਅਟੈਕ, ਇਹ ਇਹਨੂੰ ਹਾਈਟ ਦੇਵਾਂਗੇ ਅਤੇ ਫੇਸ ਲੈਵਲ 'ਤੇ ਅਟੈਕ ਆ। ਮਵੇਸ਼ੀ ਕਿੱਕ ਸਭ ਤੋਂ ਵੱਧ ਜਿਹੜੀ ਆ ਇਹ ਫਾਈਟ ਦੇ ਵਿੱਚ ਯੂਜ਼ ਹੁੰਦੀ ਆ, ਖੱਬੇ ਪੈਰ ਦੀ, ਠੀਕ ਆ। ਸੱਜਾ ਪੈਰ ਅੱਗੇ, ਖੱਬਾ ਪਿੱਛੇ, 1 2 3 ਕਾਉਂਟ ਦੇ ਵਿੱਚ, 1 2 3 ਪੈਰ ਪਿੱਛੇ ਸਿੰਗਲ ਕਾਉਂਟ ਦੇ ਵਿੱਚ ਰੈਡੀ। ਇਹ ਕਿੱਕਾਂ ਕਰਨੀਆਂ ਆ, ਠੀਕ ਆ। ਪਹਿਲਾਂ ਪੰਜ ਸੀ ਨੋਰਮਲ ਪੰਜ, ਰਿਵੀਜ਼ਨ ਕਰਾ ਦਿੰਦਾ, ਉਹ ਸੀ ਆਹਾ, ਠੀਕ ਆ, ਸਲੋ ਦੇ ਵਿੱਚ ਆਹਾ। ਉਹ ਤੋਂ ਬਾਅਦ JKD ਪੰਜ, ਇਹ, ਠੀਕ ਆ। ਫਿਰ ਫਰੰਟ ਕਿੱਕ ਸੀ 1 2, ਠੀਕ ਆ, ਸਿੰਗਲ ਕਾਉਂਟ 'ਚ ਆਹਾ। ਉਹ ਤੋਂ ਬਾਅਦ ਮਵੇਸ਼ੀ ਕਿੱਕ, ਠੀਕ ਆ, ਰੈਡੀ। ਅੱਜ ਤੱਕ ਤਾਂ ਇਹੀ। ਮੈਂ PTI ਰਛਪਾਲ ਸਿੰਘ, ਗੌਰਮੈਂਟ ਮਿਡਲ ਸਕੂਲ ਮਸਤੀਆ।